ਦਾ ਮਤਲਬ ਸੈਮੀ ਪ੍ਰਾਈਵੇਟਾਈਜੇਸ਼ਨ ਵਿੱਚ ਸਰਕਾਰੀ ਬਿਲਡਿੰਗ ਹੋਊਗੀ, ਸਰਕਾਰੀ ਤਾਮਾ ਜਾਮਾ ਸਾਰਾ ਕੁਛ ਹੋਊਗਾ, ਪਰ ਜਿਹੜੀ ਫੀਸ ਹੈ ਉਹ ਪ੍ਰਿੰਸੀਪਲ ਡਿਸਾਈਡ ਕਰੂਗਾ। 64 ਕਾਲਜਿਸ ਸਿਰਫ ਸਰਕਾਰ ਦੇ ਰਹਿ ਗਏ ਨੇ, ਸਿਰਫ 64। ਉਹ ਵੀ ਸਰਕਾਰ ਨਹੀਂ ਚਲਾ ਪਾ ਰਹੀ, ਉਹ 8 ਚ ਉਹਨਾਂ ਦੇ ਵਿੱਚੋਂ ਕਹਿ ਰਹੇ ਆ ਆਟੋਨੋਮਸ ਕਰ ਦਿਓ। ਸਰਕਾਰ ਇਹ ਸਰਕਾਰੀ ਕਾਲਜਾਂ ਨੂੰ ਠੇਕੇਦਾਰ ਵਾਲਾ ਸਿਸਟਮ ਬਣਾ ਰਹੀ ਹੈ ਕਿ ਠੇਕਾ ਦਿਓ ਅਤੇ ਇਹ ਚੀਜ਼ ਚਲਾਓ। ਠੇਕੇਦਾਰ ਤੁਸੀਂ ਛੱਡੋ, ਸਰਕਾਰ ਦਿਹਾੜੀਦਾਰ ਦਾ ਸਿਸਟਮ ਬਣਾ ਰਹੇ ਨੇ। ਜੇ ਆਟੋਨੋਮਸ ਕਾਲਜ ਹੋ ਗਏ, ਪਰਮਾਤਮਾ ਨਾ ਕਰੇ ਕਿ ਹੋਣ ਇਹ, ਕਿਉਂਕਿ ਅਸੀਂ ਪੂਰਾ ਆਪਣਾ ਵਾਹ ਲਾਇਆ ਹੋਇਆ, ਜੇ ਹੋ ਗਏ SC OBC ਸਕਾਲਰਸ਼ਿਪ ਵੀ ਕੱਟ ਜੂ। ਇਹ ਨੋਟੀਫਿਕੇਸ਼ਨ ਹੈ, ਪਹਿਲਾ ਹੈ ਗਵਰਨਮੈਂਟ ਕਾਲਜ ਗਰਲਜ਼ ਦਾ ਲੁਧਿਆਣੇ ਦੇ ਵਿੱਚ, ਠੀਕ ਹੈ ਜੀ। SCD ਗਵਰਨਮੈਂਟ ਕਾਲਜ ਲੁਧਿਆਣਾ, ਪਟਿਆਲਾ ਦੇ ਵਿੱਚ ਕੱਲ੍ਹ ਅਸੀਂ ਗਏ ਸੀ ਬਾਈ, ਮਹਿੰਦਰਾ ਕਾਲਜ ਕਾਲਜ, ਉਹਦੀ ਬਿਲਡਿੰਗ ਇਤਿਹਾਸ ਆ, ਤੁਸੀਂ ਉਹਨੂੰ ਪ੍ਰਾਈਵੇਟਾਈਜੇਸ਼ਨ ਕਿੱਦਾਂ ਕਰੋਗੇ ਬਾਈ? ਇਹ ਹੁਣ ਇਹਦੇ ਵਿੱਚ ਲਿਖਿਆ 31/8/2024 ਨੂੰ 10 ਵਜੇ ਤੋਂ ਪਹਿਲਾਂ ਨਿੱਜੀ ਤੌਰ 'ਤੇ। ਅੱਛਾ, ਕਿ ਨਿੱਜੀ ਤੌਰ ਕਿਉਂ ਲਿਖਣਾ? ਨਿੱਜੀ ਤੌਰ ਤਾਂ ਲਿਖਿਆ ਬਾਈ, ਇਹ ਵੀ ਅਸੀਂ ਚੁੱਪ ਚੁੱਪ ਇੱਥੇ ਕਢਾ ਲਿਆ। ਇਹਨਾਂ ਨੂੰ ਇਹ ਸੀਗਾ ਕਿ ਚੁੱਪ ਚੁੱਪ ਦੇ ਅਸੀਂ ਇਹਨੂੰ ਨਿੱਜੀਕਰਨ ਕਰ ਦਈਏ, ਇਹਦਾ ਨਿੱਜੀ ਤੌਰ ਤੇ ਚੁੱਪ ਚਾਪ ਲਿਆ ਕੇ ਤੇ ਮੁੜ ਕੇ ਕਿਸੇ ਨੂੰ ਪਤਾ ਨਾ ਲੱਗੇ। ਇਹ ਸਿੱਧੂ ਸਾਹਿਬ ਪਹਿਲਾਂ ਵੀ ਸੀਗਾ, ਕਾਂਗਰਸ ਵੇਲੇ ਵੀ ਸੀਗਾ, ਅਕਾਲੀ ਵੇਲੇ ਵੀ ਸੀਗਾ, ਬਿਜਲੀ ਵੀ ਫ੍ਰੀ ਸੀਗੀ ਕੁਛ ਹੱਦ ਤੱਕ, 200 ਯੂਨਿਟ ਤਾਂ ਚੰਨੀ ਨੇ ਵੀ ਫ੍ਰੀ ਦਿੱਤੀ ਹੈ, ਤਾਂ ਰਾਸ਼ਨ ਵੀ ਚੱਲਦਾ ਆਇਆ, ਬੱਸਾਂ ਦਾ ਕਿਰਾਇਆ ਕੈਪਟਨ ਤੋਂ ਚੰਨੀ ਤੱਕ ਚੱਲਿਆ ਸਾਰਾ। ਜਗਸੀਰ ਭਾਈ, ਇਹ ਚੀਜ਼ਾਂ ਤਾਂ ਪਹਿਲਾਂ ਵੀ ਸੀਗੀਆਂ, ਪਰ ਇਹ ਬੋਝ ਕਿਵੇਂ ਬਣ ਗਿਆ? ਕਿਸੇ ਨੇ ਇੰਨੀ ਨੀਚਪੁਣਾ ਨਹੀਂ ਕਰਿਆ ਕਿ ਐਜੂਕੇਸ਼ਨ ਨੂੰ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ। ਇਹ ਨੀਚਪੁਣਾ ਕੌਣ ਕਰ ਰਿਹਾ? ਇਹ ਆਮ ਪਾਰਟੀ ਦੀ ਸਰਕਾਰ, ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਨੀਚਪੁਣਾ, ਹੋਰ ਕੌਣ ਕਰ ਰਿਹਾ? ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀਗੀ ਕਿ ਅਸੀਂ ਚੰਗੀ ਸਿਹਤ, ਚੰਗੀ ਐਜੂਕੇਸ਼ਨ ਦੇਵਾਂਗੇ, ਪਰ ਉਹਨਾਂ ਦੇ ਉੱਤੋਂ ਪੰਜਾਬ ਸਰਕਾਰ ਦੇ ਜਿਹੜੇ ਨੇ ਵੱਡੇ ਪਰਦੇ ਪਾਏ ਹੋਏ ਸੀ, ਉਹ ਚੱਕੇ ਗਏ ਨੇ। ਪਰਦੇ ਚੱਕੇ ਕਿਵੇਂ ਜਾ ਰਹੇ ਨੇ? ਜਿਹੜੇ ਕਾਲਜ ਨੇ ਸਰਕਾਰੀ, ਪੰਜਾਬ ਸਰਕਾਰ ਉਹਨਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ। ਅਜਿਹੀ ਇੱਕ ITR ਵੀ ਪਾਈ ਗਈ ਅਤੇ ਇੱਕ ਸਿੱਖਿਆ ਦੇ ਖੇਤਰ ਦੇ ਵਿੱਚੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ, ਜਿਸ ਦੇ ਵਿੱਚ ਜਿਹੜੇ ਕਾਲਜਾਂ ਦੇ ਨਾਮ ਲਿਖੇ ਗਏ ਨੇ ਕਿ ਇਹ ਕਾਲਜ ਨੇ ਜਿਹੜੇ ਆਟੋਨੋਮਸ ਦੇ ਥਰੂ ਚੱਲਣਗੇ। ਅਸੀਂ ਗੱਲਬਾਤ ਕਰਾਂਗੇ ਇਸ ਦੇ ਉੱਤੇ। ਬੀਤੇ ਦਿਨਾਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਨੇ ਵੱਖਰੇ ਵੱਖਰੇ ਕਾਲਜਾਂ ਦੇ ਵਿੱਚ ਜਾ ਕੇ ਕਿ ਉਹ ਸਰਕਾਰੀ ਨੇ ਪ੍ਰਾਈਵੇਟ ਕਿਉਂ ਹੋਣਗੇ? ਫਿਰ ਤਾਂ ਬੱਚੇ ਮਹਿੰਗੀਆਂ ਫੀਸਾਂ ਦੇਣਗੇ, ਮਹਿੰਗੀ ਐਜੂਕੇਸ਼ਨ ਲੈਣਗੇ, ਫਿਰ ਪੜ੍ਹਾਈ ਕਿਸ ਪਾਸੇ ਨੂੰ ਜਾਏਗੀ? ਅਸੀਂ ਗੱਲਬਾਤ ਕਰਾਂਗੇ NSUA ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ। ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋਏ? ਸਭ ਵਧੀਆ, ਤੁਸੀਂ ਸੁਣਾਓ? ਤੁਸੀਂ ਬੀਤੇ ਦਿਨਾਂ ਦੇ ਵਿੱਚ ਮੰਗ ਪੱਤਰ ਦਿੱਤਾ, ਉਸ ਤੋਂ ਪਹਿਲਾਂ ਵੀ ITR ਨਿਕਲੀਆਂ ਹਨ, ਤੁਸੀਂ ਨੋਟੀਫਿਕੇਸ਼ਨ ਆਇਆ ਤੁਹਾਡੇ ਕੋਲ, ਹਾਲਾਂਕਿ ਉਸ ਦੇ ਬਾਰੇ ਆਪਾਂ ਚਰਚਾ ਨਹੀਂ ਕੀਤੀ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ITR ਦੇ ਥਰੂ ਜਾਂ ਇਹ ਨੋਟੀਫਿਕੇਸ਼ਨ ਦੇ ਥਰੂ ਇਹ ਗੱਲਾਂ ਆ ਰਹੀਆਂ ਨੇ ਬਾਹਰ ਕਿ ਪੰਜਾਬ ਸਰਕਾਰ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਦੇਗੀ, ਆਟੋਨੋਮਸ ਦੇ ਜਿਹੜਾ ਸ਼ਬਦ ਆ ਰਿਹਾ, ਇਹ ਕੀ ਸਿਲਸਿਲਾ ਹੈ, ਕੀ ਕਰਨਾ ਚਾਹੁੰਦੀ ਹੈ ਸਰਕਾਰ? ਸਭ ਇਹ ਸਰਕਾਰ ਇਹ ਕਰਨਾ ਚਾਹੁੰਦੀ ਹੈ, ਜਿਹੜੀ ਸਰਕਾਰ ਐਜੂਕੇਸ਼ਨ ਅਤੇ ਹੈਲਥ 'ਤੇ ਆਈ ਸੀ, ਤੁਸੀਂ ਸਹੀ ਕਿਹਾ, ਜਿਹੜੀ ਸਰਕਾਰ ਆਈ ਐਜੂਕੇਸ਼ਨ ਅਤੇ ਹੈਲਥ 'ਤੇ ਸੀਗੀ, ਹੁਣ ਉਹ ਐਜੂਕੇਸ਼ਨ ਖੋਣਾ ਚਾਹੁੰਦੀ ਬੱਚਿਆਂ ਕੋਲ। 7-8 ਕਾਲਜ ਇੱਦਾਂ ਦੇ ਨੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਹ ਆਟੋਨੋਮਸ ਕਰਨਾ ਚਾਹੁੰਦੇ। ਆਟੋਨੋਮਸ ਦਾ ਮਤਲਬ ਸੈਮੀ ਪ੍ਰਾਈਵੇਟਾਈਜੇਸ਼ਨ ਵਿੱਚ ਸਰਕਾਰੀ ਬਿਲਡਿੰਗ ਹੋਊਗੀ, ਸਰਕਾਰੀ ਤਾਮਾ ਜਾਮਾ ਸਾਰਾ ਕੁਛ ਹੋਊਗਾ, ਪਰ ਜਿਹੜੀ ਫੀਸ ਹੈ ਉਹ ਪ੍ਰਿੰਸੀਪਲ ਡਿਸਾਈਡ ਕਰੂਗੀ। ਹੁਣ ਫੋਰ ਐਗਜ਼ਾਮਪਲ, ਛੋਟਾ ਜਿਹਾ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਜਦੋਂ ਕਿਸਾਨੀ ਅੰਦੋਲਨ ਹੋਇਆ ਸੀਗਾ, ਉਹ ਕਾਹਦੇ ਪਿੱਛੇ ਅੰਦੋਲਨ ਹੋਇਆ ਸੀਗਾ? ਕਿ ਮੰਡੀਆਂ ਦੀ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਹ ਰੋਕਣਾ, ਮੰਡੀਆਂ ਦਾ ਜਿਹੜਾ ਨਿੱਜੀਕਰਨ ਹੈ ਉਹ ਰੋਕਣਾ ਚਾਹੁੰਦੇ ਸੀਗੇ। ਬਿਲਕੁਲ, ਉਹ ਚੱਕਰ ਇਹ ਹੋਇਆ ਕਿ ਮਤਲਬ ਸਰਕਾਰੀ ਮੰਡੀਆਂ ਉਹਦੇ ਨਾਲੋਂ ਨੀਵੀਆਂ ਜਾਂਦੀਆਂ। ਜੇ ਤੁਸੀਂ ਪ੍ਰਾਈਵੇਟਾਈਜੇਸ਼ਨ ਮੰਡੀ ਖੋਲ੍ਹ ਦਿੰਦੇ, ਲੋਕ ਇੱਕ ਵਾਰ ਤਾਂ ਤੁਹਾਨੂੰ ਉਹ ਦਰ ਸਹੀ ਦੇ ਦਿੰਦੇ, ਪਰ ਬਾਅਦ 'ਚ ਜਦੋਂ ਤੁਸੀਂ ਉਹਨਾਂ ਕੋਲ ਜਾਣ ਲੱਗ ਜਾਂਦੇ ਹੋ, ਤੁਹਾਡਾ ਦਰ ਘਟਾ ਦਿੰਦੇ, 3 ਕਾਲੇ ਕਾਨੂੰਨ ਅਸੀਂ ਵਾਪਸ ਦਵਾਤੇ। ਇੱਦਾਂ ਹੀ ਇਹ ਐਜੂਕੇਸ਼ਨ ਦੇ ਵਿੱਚ ਕਾਲੇ ਕਾਨੂੰਨ ਆਏ ਨੇ ਸਟੇਟ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ। ਇਹਦੇ ਵਿੱਚ ਕੀ ਹੈ, ਜਦੋਂ ਆਟੋਨੋਮਸ ਹੋ ਜਾਣਗੇ ਬਾਈ, ਇਹਦੇ ਵਿੱਚ ਪ੍ਰਿੰਸੀਪਲ ਜਿਹੜੀ ਆ, ਇਹ ਪ੍ਰਿੰਸੀਪਲ ਤੈਅ ਕਰੂਗੀ ਕਿ ਬੱਚਿਆਂ ਦੀ ਫੀਸ ਕਿੰਨੀ ਹੈ। ਜਿੱਦਾਂ ਕਿ DAV ਕਾਲਜ ਚੰਡੀਗੜ੍ਹ ਵਾਲਾ ਹੈ, SD ਕਾਲਜ ਹੈ, ਉਹਦੇ ਵਿੱਚ ਉਹ ਡਿਸਾਈਡ ਕਰਦੇ ਨੇ ਕਿ ਬੱਚਿਆਂ ਦੀ ਫੀਸ ਕਿੰਨੀ ਹੈ। ਮਤਲਬ ਮੰਨ ਲਓ ਕਿ ਇੱਕ ਸਰਕਾਰੀ ਕਾਲਜ ਦੇ ਵਿੱਚ BA ਹੋ ਰਹੀ ਹੈ 11,000 ਦੀ, ਪਰ ਉਹ SD ਕਾਲਜ ਜਾਂ DAV ਕਾਲਜ ਦੇ ਵਿੱਚ ਉਹੀ BA ਹੋ ਰਹੀ ਹੈ 35-35, 36-36 ਹਜ਼ਾਰ ਦੀ। ਤੁਸੀਂ ਇਹ ਦੱਸੋ
ਕਿ ਉਹ ਜਿਹੜਾ ਬੱਚਾ ਵਿਚਾਰਾ ਉਹ ਬੀ ਏ ਕਰੂਗਾ ਕਿੱਥੋਂ। 60% ਬੱਚੇ ਬਾਹਰੋਂ ਇੰਡੀਆ ਨੂੰ ਮੁੜੇ ਆਏ। ਇਹ ਅੱਜ ਦੇ ਅੰਕੜੇ ਕਹਿ ਰਹੇ ਨੇ ਕਿ 60% ਦੇ ਬਾਹਰ ਵੀਜ਼ੇ ਨਹੀਂ ਲੱਗਿਆ, ਜੋ ਵੀ ਆ ਉਹ ਮੁੜ ਕੇ ਫਿਰ ਕਾਲਜਾਂ ਦੇ ਵਿੱਚ ਆ ਗਏ। ਆਪਾਂ ਉਹਨਾਂ ਨੂੰ ਐਜੂਕੇਸ਼ਨ ਕੀ ਦੇ ਰਹੇ ਹਾਂ ਸਭ? ਆਪਾਂ ਉਹਨਾਂ ਦੇ ਐਜੂਕੇਸ਼ਨ ਦੇ ਨਾਮ 'ਤੇ ਉਹਨਾਂ ਨੂੰ ਆਪਾਂ ਝੂਠਾ ਸਾਰਾ ਕੁਝ ਕਰ ਰਹੇ ਹਾਂ। ਇਹਦੇ ਨਾਲ ਇੱਕ ਹੋਰ ਚੀਜ਼ ਹੋਣੀ ਆ, ਸਾਡੇ ਨਾਲ ਪ੍ਰੋਫੈਸਰ, ਅਸੀਂ ਇਕੱਲੀ ਇਕੱਲੀ ਯੂਨੀਵਰਸਿਟੀ ਦੇ ਵਿੱਚ ਗਏ ਹਾਂ, ਹੁਣ 3-4 ਯੂਨੀਵਰਸਿਟੀ ਦੇ ਵਿੱਚ ਜਾ ਆਏ ਹਾਂ, ਹੋਰ ਯੂਨੀਵਰਸਿਟੀ ਦੇ ਵਿੱਚ ਜਾਵਾਂਗੇ। ਕੱਲ੍ਹ ਮੈਂ ਇੰਦਰਾ ਕਾਲਜ ਗਏ ਸੀਗੇ, ਉੱਥੇ ਬੱਚੇ ਇਹ ਕਹਿ ਰਹੇ ਨੇ ਕਿ ਸਾਹਿਬ ਸਾਡੇ ਘਰਦਿਆਂ ਨੇ 11,000 ਰੁਪਏ ਵੀ ਸਾਨੂੰ ਬਹੁਤ ਤੰਗੀ ਨਾਲ ਸਾਨੂੰ ਦਿੰਦੇ ਨੇ। ਔਖਾ ਹੋ ਜਾਂਦਾ ਕਿਸੇ ਨੇ 11,000 ਕੱਢਣਾ, 10,000 ਕੱਢਣਾ। ਜਗਸੀਰ ਭਾਈ ਬਹੁਤ ਰੈਗੂਲਰ ਖਰਚੇ ਕੱਢਣੇ ਬਹੁਤ ਔਖੇ ਆ। ਇਹਦੇ ਵਿੱਚ ਮਾਂ ਪਿਓ ਗਰੀਬ ਨਹੀਂ ਹੈਗੇ, ਹਰ ਉਹ ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤ ਪੜ੍ਹੇ, ਹਰ ਉਹ ਪਿਓ ਚਾਹੁੰਦਾ ਕਿ ਮੈਂ ਨਾ ਚੰਗੇ ਕੱਪੜੇ ਪਾਵਾਂ, ਮੇਰਾ ਪੁੱਤ ਚੰਗੇ ਕੱਪੜੇ ਪਾ ਕੇ ਜੇ ਕਾਲਜ ਜਾਵੇ। ਇਹਦੇ ਵਿੱਚ ਸਰਕਾਰ ਗਰੀਬ ਆ, ਸਰਕਾਰ ਇਹ ਸਰਕਾਰੀ ਕਾਲਜਾਂ ਨੂੰ ਠੇਕੇਦਾਰ ਵਾਲਾ ਸਿਸਟਮ ਬਣਾ ਰਹੀ ਹੈ ਕਿ ਠੇਕਾ ਦਿਓ ਅਤੇ ਇਹ ਚੀਜ਼ ਚਲਾਓ। ਠੇਕੇਦਾਰ ਤੁਸੀਂ ਛੱਡੋ, ਸਰਕਾਰ ਦਿਹਾੜੀਦਾਰ ਦਾ ਸਿਸਟਮ ਬਣਾ ਰਹੇ ਨੇ। ਠੇਕੇਦਾਰ ਨੂੰ ਤਾਂ ਪ੍ਰਿੰਸੀਪਲ ਬਣਾ ਦੇਣਗੇ, ਟੀਚਰਾਂ ਨੂੰ ਦਿਹਾੜੀਦਾਰ ਬਣਾ ਦੇਣਗੇ। ਉਸ 'ਤੇ ਮੈਂ ਅੱਗੇ ਜਿੰਨੀ ਦਿਹਾੜੀ ਕਰੋਗੇ ਉਨੇ ਪੈਸੇ ਮਿਲ ਜਾਣਗੇ, ਡੇਲੀ ਵੇਜਿਸ 'ਤੇ ਟੀਚਰ ਆ ਜਾਣਗੇ। ਇਹਦੇ ਨਾਲ ਤੁਸੀਂ ਦੇਖੋ ਕਿ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰੀ ਟੀਚਰ ਦੀ ਜੋਬ ਹੀ ਖਤਮ ਹੋ ਜਾਊਗੀ। ਪਹਿਲਾਂ ਤਾਂ ਇੰਨੇ ਸਮੇਂ ਦੇ ਵਿੱਚੋਂ ਸਰਕਾਰੀ ਟੀਚਰ ਹਜੇ ਤੱਕ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਏ, ਕਿੰਨੇ ਕੋਰਸ ਸਾਨੂੰ ਬੰਦ ਕਰਨੇ ਪਏ। ਡੇਲੀ ਵੇਜਿਸ 'ਤੇ ਟੀਚਰ ਆਉਂਦੇ ਨੇ, ਡੇਲੀ ਵੇਜਿਸ ਦਾ ਮਤਲਬ ਦਿਹਾੜੀਦਾਰ, ਇੱਕ ਸਮੈਸਟਰ ਲਾਉਂਦੇ ਨੇ ਉਹ ਸਮੈਸਟਰ ਦੇ ਪੈਸੇ ਲੈ ਜਾਂਦੇ ਨੇ, ਦੂਜਾ ਸਮੈਸਟਰ ਲਾਉਂਦੇ ਨੇ ਸਮੈਸਟਰ ਦੇ ਪੈਸੇ ਲੈ ਆਉਂਦੇ ਨੇ, ਤੀਜੇ ਸਾਲ ਵਾਲੇ ਦੂਜੇ ਸਾਲ ਵਾਲੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਬੱਚਿਆਂ ਨੂੰ। ਮੈਨੂੰ ਇੱਕ ਇਹੋ ਜਿਹਾ ਕਾਲਜ ਦੱਸ ਦਿਓ ਜਿਹਦੇ ਵਿੱਚ ਇਹ ਸਰਕਾਰ ਨੇ ਨਵੇਂ ਟੀਚਰ ਭਰਤੀ ਕਰੇ ਹੋਣ ਪੱਕੇ। ਤਾਂ ਕਹਿਣ ਦਾ ਭਾਵ ਆ ਪੂਰਾ ਇਹਨੂੰ ਠੇਕੇਦਾਰੀ ਵਾਲਾ ਸਿਸਟਮ ਬਣਾ ਦੇਣਾ ਸਿੰਪਲ ਭਾਸ਼ਾ ਦੇ ਵਿੱਚ, ਅਤੇ ਜਿਹੜੇ ਟੀਚਰ ਨੇ ਦਿਹਾੜੀਦਾਰ ਬਣਾਏ ਨੇ ਅਤੇ ਉਹਦੇ ਵਿੱਚ ਪੜ੍ਹਾਈ ਦੱਸੋ ਕਿੱਦਾਂ ਦੀ ਹੋਊਗੀ, ਬੱਚਿਆਂ ਦੀ ਜੇਬਾਂ ਵਿੱਚੋਂ ਕਿੰਨੇ ਕਿੰਨੇ ਪੈਸੇ ਖਾਣਗੇ ਇਹ। ਜਿਹੜਾ ਬਾਬਾ ਭੀਮ ਸਾਹਿਬ ਅੰਬੇਡਕਰ ਸਾਹਿਬ ਦਾ ਇਹ ਪਿੱਛੇ ਫੋਟੋ ਲਾਈ ਫਿਰਦੇ ਨੇ, ਬਾਬਾ ਸਾਹਿਬ ਨੇ ਤਾਂ ਇੱਕ ਗੱਲ ਕਹੀ ਸੀਗੀ ਕਿ ਐਜੂਕੇਸ਼ਨ ਆਉਣ ਵਾਲੀ ਪੀੜ੍ਹੀ ਵਾਸਤੇ, ਕਿ ਜੇ ਤੁਸੀਂ ਰੈਵੋਲਿਊਸ਼ਨ ਲਿਆਉਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਸੂਬੇ ਦੇ ਵਿੱਚ ਜੇ ਤੁਸੀਂ ਰੈਵੋਲਿਊਸ਼ਨ ਲਿਆਉਣਾ ਚਾਹੁੰਦੇ ਹੋ, ਬਾਬਾ ਸਾਹਿਬ ਤਾਂ ਸੰਵਿਧਾਨ ਬਣਾਇਆ ਇਸ ਕਰਕੇ ਕਿ ਐਜੂਕੇਸ਼ਨ ਸਾਰਿਆਂ ਨੂੰ ਦੇ ਸਕੀਏ ਅਸੀਂ। ਅੱਜ ਤੁਸੀਂ ਪਿੱਛੇ ਫੋਟੋਆਂ ਬੜੀਆਂ ਬੜੀਆਂ ਲਾ ਰਹੇ ਹੋ ਬਾਬਾ ਸਾਹਿਬ ਦੀਆਂ, ਪਰ ਤੁਸੀਂ ਉਹਨਾਂ ਦੇ ਅਸੂਲਾਂ ਤੇ ਧਰਮਾਂ ਤੇ ਚੱਲ ਨਹੀਂ ਪਾ ਰਹੇ। ਬਿਲਕੁਲ, ਇਹ ਵੀ ਮੈਂ ਗੱਲ ਕਰਨਾ ਚਾਹੁੰਦਾ ਸੀਗਾ। ਇੱਕ ਸ਼ਾਇਰ ਨੇ ਵੀ ਇਹ ਗੱਲ ਲਿਖੀ ਹੈ ਕਿ ਜੇ ਕਿਸੇ ਨੂੰ ਖਤਮ ਕਰਨਾ, ਜੇ ਕਿਸੇ ਦੀ ਬੋਲੀ ਨੂੰ ਤੋਂ ਸ਼ੁਰੂ ਕਰ ਲਓ, ਭਾਸ਼ਾ ਤੋਂ ਸ਼ੁਰੂ ਕਰ ਲਓ, ਬੰਦਾ ਆਪ ਹੀ ਆਟੋਮੈਟਿਕ ਉਹਦਾ ਸਾਰਾ ਕੁਝ ਖਤਮ ਹੋ ਜਾਂਦਾ। ਇਹ ਉਹੀ ਕੰਮ ਹੈ ਕਿ ਸਕੂਲਾਂ ਤੋਂ ਸ਼ੁਰੂ ਕਰ ਲਓ, ਜਿਹੜੀ ਨੌਜਵਾਨੀ ਹੈ, ਪੀੜ੍ਹੀ ਹੈ, ਉਹ ਹੌਲੀ ਹੌਲੀ ਅੱਧੀ ਤਾਂ ਬਾਹਰਲੇ ਮੁਲਕਾਂ ਨੂੰ ਭੱਜੇਗੀ, ਜਿਹੜੀ ਐਜੂਕੇਸ਼ਨ ਇੱਥੇ ਲੈਣਾ ਚਾਹੁੰਦੀ ਹੈ ਉਹਨਾਂ ਨੂੰ ਫਿਰ ਜੋਬ ਨਹੀਂ ਮਿਲਣੀ, ਉਹ ਇਹ ਖਤਮ ਕਰਨਾ ਚਾਹੀਦਾ। ਜਗਸੀਰ ਭਾਈ ਬਾਹਰਲੇ ਮੁਲਕ ਵੀ ਕਿੱਦਾਂ ਭੱਜਣਗੇ? 25-25, 30-30 ਲੱਖ ਰੁਪਏ ਲੱਗਦਾ ਬਾਹਰਲਾ ਵੀ। ਏਜੰਟਾਂ ਨੇ ਆਈਲੈਟਸ ਦੀਆਂ ਦੁਕਾਨਾਂ ਖੋਲ ਰੱਖੀਆਂ ਇੱਥੇ, ਹੈ ਨਾ। ਜਿਹੜਾ ਕੰਮ 5 ਲੱਖ 'ਚ ਹੁੰਦਾ ਏਜੰਟ ਉਹਨੂੰ 25 ਲੱਖ 'ਚ ਕਰਾਉਂਦਾ। ਉਹ ਚੱਕਰ ਇਹ ਹੈ, ਅਸੀਂ ਪੇਂਡੂ ਖੇਤਰ 'ਚੋਂ ਨਿਕਲ ਕੇ ਆਏ ਹਾਂ, ਹਜੇ ਮਾਂ ਪਿਓ ਨੂੰ ਵੀ ਇੰਨੀ ਨੌਲੇਜ ਨਹੀਂ ਹੈਗੀ ਕਿ ਆਈਲੈਟਸ ਹੁੰਦੀ ਕੀ ਹੈ, ਬਾਹਰ ਕਿੱਦਾਂ ਜਾਣਾ, ਉਹਦਾ ਫਾਇਦਾ ਚੱਕਦੇ ਨੇ। ਹੁਣ ਚੱਕਰ ਇਹ ਹੈ, ਜਦੋਂ ਬੱਚਾ ਪੜ੍ਹਨਾ ਚਾਹੂਗਾ, ਉਹ ਜਿਹੜੀ ਚੀਜ਼ 10,000 'ਚ ਹੁੰਦੀ ਉਹ 50,000 'ਚ ਹੋ ਜੂਗੀ, ਉਹ ਕਿੱਦਾਂ ਕਰੂਗਾ? ਉਹਦੇ ਮਾਂ ਪਿਓ ਕਹਿਣਗੇ ਭਰਾਵਾ 12ਵੀਂ ਤੱਕ ਪੜ੍ਹਾ ਲਿਆ, ਉਹ ਠੀਕ ਹੈ। ਸਭ ਤੋਂ ਵੱਡਾ ਨੁਕਸਾਨ ਕੁੜੀਆਂ ਦਾ ਇਹਦੇ ਵਿੱਚ, ਓਕੇ, ਮੇਰੀਆਂ ਭੈਣਾਂ ਦਾ, ਉਹ ਇੱਦਾਂ ਆ ਕਿ ਮਾਂ ਪਿਓ ਚਾਹੁੰਦੇ ਆ ਕਿ ਚਲੋ ਜਿਹੜੇ ਪੇਂਡੂ ਖੇਤਰ ਨੇ ਹਜੇ ਵੀ ਸੋਚ ਪੁਰਾਣੀ ਆ, ਉਹ ਕਹਿੰਦੇ ਕੁੜੀ ਦਾ ਵਿਆਹ ਤਾਂ ਕਰ ਦੇਣਾ, ਕੋਈ ਨਹੀਂ ਤੂੰ 12ਵੀਂ ਕਰ ਲਈ, ਹੁਣ ਤੂੰ ਛੱਡ ਦੇ। ਜਿਹੜੀਆਂ ਭੈਣਾਂ ਮੇਰੀਆਂ ਲੜ ਝਗੜ ਕੇ ਕਾਲਜ ਤੱਕ ਜਾਂਦੀਆਂ ਸੀਗੀਆਂ, ਉਹ ਕਾਲਜ ਤੱਕ ਜਦੋਂ ਫੀਸ ਹੀ 50,000 ਰੁਪਏ ਉੱਥੇ ਹੋ ਜੂਗੀ ਸਰਕਾਰੀ ਕਾਲਜ ਦੀ, ਉਹਨਾਂ ਦੀ ਐਜੂਕੇਸ਼ਨ ਉੱਥੇ ਹੀ ਬੰਦ ਹੋ ਜਾਣੀ ਹੈ। ਮਾਂ ਪਿਓ ਦੀ ਪੇਂਡੂ ਖੇਤਰ ਦੀ ਸੋਚ ਹੀ ਹੈ ਕਿ ਵਿਆਹ ਤਾਂ ਹੋ ਹੀ ਜਾਣਾ, ਹੈਸਤ 'ਚ ਨਹੀਂ ਰਹਿਣਾ, ਉਹਨਾਂ ਦੀ ਹੈਸੀਅਤ ਤੋਂ ਬਾਹਰ ਹੋ ਜਾਣੀ ਗੱਲ, ਸਾਰਿਆਂ ਦੀ ਹੈਸੀਅਤ 'ਚੋਂ ਬਾਹਰ ਹੋਣੀ ਹੈ ਬਾਈ, ਕੀ ਕਰੂਗਾ? ਭਗਵੰਤ ਮਾਨ ਸਾਹਿਬ ਤਾਂ ਦਾਅਵੇ ਕਰਕੇ ਆਏ ਨੇ, ਕੇਜਰੀਵਾਲ ਸਾਹਿਬ ਨੇ ਦਾਅਵੇ ਕੀਤੇ, ਹਾਲਾਂਕਿ ਪੰਜਾਬ ਦੇ ਨਾਲ ਉਹਨਾਂ ਦਾ ਲੈਣਾ ਦੇਣਾ ਤਾਂ ਹੈ ਨਹੀਂ, ਉਹ ਇੱਥੇ ਗੱਲਾਂ ਕਰ ਜਾਂਦੇ ਨੇ।
ਫਿਰ ਉਹ ਤਾਂ ਉਹਨਾਂ ਦੇ ਦਾਅਵੇ ਨੇ ਬਹੁਤ ਵੱਡੇ ਕਿ ਅਸੀਂ ਐਜੂਕੇਸ਼ਨ ਦੇ ਰਹੇ ਹਾਂ, ਸਕੂਲ ਆਫ ਐਮੀਨੈਂਸ ਦੇ ਰਹੇ ਹਾਂ, ਬੱਚੇ ਕਹਿੰਦੇ ਸਾਡੇ ਬਣਾਏ ਸਕੂਲ ਦੇਖ ਲਓ, ਕਹਿੰਦੇ ਟੌਪ ਦੀ ਐਜੂਕੇਸ਼ਨ ਆ, ਕਹਿੰਦੇ ਦਿੱਲੀ ਵਰਗੇ ਸਕੂਲ ਬਣਾਤੇ, ਉਹ ਤਾਂ ਇਹ ਚੀਜ਼ਾਂ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਫਿਰ ਉਹ ਦਾਅਵੇ ਫੋਕੇ ਨੇ? ਦੇਖੋ ਮਾਨਯੋਗ ਮੁੱਖ ਮੰਤਰੀ ਸਾਹਿਬ ਤਾਂ ਆਪ ਮਾਸਟਰ ਦੇ ਮੁੰਡੇ ਨੇ, ਉਹ ਆਪ ਕਹਿੰਦੇ ਰਹੇ ਨੇ ਕਿ ਅਸੀਂ ਸਕਾਲਰਸ਼ਿਪ ਤਾਂ ਤੇ ਪੜ੍ਹਦੇ ਰਹੇ ਹਾਂ, ਉਹ ਆਪ ਕਹਿੰਦੇ ਰਹੇ ਨੇ ਕਿ ਮੇਰਾ ਸਾਡੇ ਸਾਡੇ ਫਾਦਰ ਦੀ ਤਨਖਾਹ ਤੋਂ ਸਾਡਾ ਘਰ ਚੱਲਦਾ ਹੁੰਦਾ ਸੀ, ਉਹਨਾਂ ਨੂੰ ਹਰ ਦੁੱਖ ਪਤਾ ਆ। ਪਰ ਤੁਸੀਂ ਇਹ ਦੇਖੋ ਨਾ ਜਿਹੜੇ ਡੇਲੀ ਵੇਜਿਸ ਵਾਲੇ ਟੀਚਰ ਨੇ, ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਟੀਚਰ ਛੱਤਾਂ 'ਤੇ ਚੜੀਆਂ ਫਿਰਦੀਆਂ ਨੇ, ਛਾਲ ਮਾਰਨ ਨੂੰ ਤਿਆਰ ਨੇ ਕਿਉਂਕਿ ਉਹਨਾਂ ਨੂੰ ਤਨਖਾਹ ਨਹੀਂ ਪੂਰੀ ਮਿਲੀ। ਕਹਿਣ ਦਾ ਭਾਵ ਆ ਬਈ ਕਿ ਮੈਨੂੰ ਨਹੀਂ ਪਤਾ ਹੁਣ ਇਹ ਮਾਨ ਸਾਹਿਬ ਨੂੰ ਕੀ, ਇਹਨਾਂ ਨੂੰ ਕਿਹੜਾ ਸਲਾਹਕਾਰ ਹੈ ਹਰਜੋਤ ਬੈਂਸ ਸਾਹਿਬ ਦਾ, ਕੀ ਇਹਨਾਂ ਦੀ ਸੋਚ ਆ। ਪਰ ਮੈਂ ਤੁਹਾਨੂੰ ਅਜੇ ਗੱਲ ਦੱਸਦਾ ਬਾਈ, ਜੇ ਆਟੋਨੋਮਸ ਕਾਲਜ ਹੋ ਗਏ, ਪਰਮਾਤਮਾ ਨਾ ਕਰੇ ਕਿ ਹੁਣ ਇਹ, ਕਿਉਂਕਿ ਅਸੀਂ ਪੂਰਾ ਆਪਣਾ ਵਾਹ ਲਾਇਆ ਹੋਇਆ, ਜੇ ਹੋ ਗਏ ਐਸਸੀ ਓਬੀਸੀ ਸਕਾਲਰਸ਼ਿਪ ਵੀ ਘੱਟ ਜੂਗੀ। ਤੁਸੀਂ ਮੈਨੂੰ ਦੱਸੋ ਕਿੰਨੇ ਪ੍ਰਾਈਵੇਟ ਕਾਲਜ ਐਸਸੀ ਓਬੀਸੀ ਸਕਾਲਰਸ਼ਿਪ ਦਿੰਦੇ ਨੇ, ਜਾਂ ਫਿਰ ਕਿੰਨੇ ਨਿੱਜੀ ਕਾਲਜ, ਵੱਡੇ ਕਾਲਜ ਜਿਨ੍ਹਾਂ ਦੀ ਬਿਲਡਿੰਗਾਂ ਵੱਡੀਆਂ ਨੇ, ਉਹ ਐਸਸੀ ਓਬੀਸੀ ਜਾਂ ਗਰੀਬ ਦੇ ਬੱਚੇ ਨੂੰ ਅੰਦਰ ਤੱਕ ਵੀ ਆਉਣ ਦਿੰਦੇ ਨੇ? ਇਹ ਵੀ ਸਿੱਧੂ ਸਾਹਿਬ ਹੋ ਜਾਣਾ ਕਿ ਪ੍ਰਾਈਵੇਟ ਸਕੂਲ ਤਾਂ ਕਾਲਜ ਤਾਂ ਪਹਿਲਾਂ ਦੇਖੇ ਜਾਣ, 650-700 ਦੇ ਨੇੜੇ ਤੇੜੇ ਹੈਗਾ ਪੰਜਾਬ ਦੇ ਵਿੱਚ, ਅਤੇ ਜਿਹੜੇ ਬਾਕੀ ਦੇ ਬਚੇ ਹੋਏ ਸਰਕਾਰੀ ਨੇ 50-60 ਦੇ ਨੇੜੇ ਤੇੜੇ, ਇਹ ਵੀ ਸਾਰੇ ਫਿਰ ਸਰਕਾਰੀ ਹੋ ਜਾਣਗੇ, ਇਹ ਬਹੁਤ ਵੱਡਾ ਡਾਕਾ ਫਿਰ ਐਜੂਕੇਸ਼ਨ 'ਤੇ। ਬਾਈ ਤੁਸੀਂ ਦੇਖੋ 750 ਕਾਲਜ ਪ੍ਰਾਈਵੇਟ ਆ ਪੰਜਾਬ ਦੇ ਵਿੱਚ, 750, 64 ਕਾਲਜ ਸਰਕਾਰੀ ਹੈ, 64 ਕਾਲਜ, 01 ਵੀ ਕਾਲਜ ਬੀਟੈਕ ਆਪਣਾ ਜਿਹੜਾ ਬੀਟੈਕ ਆ ਇੱਕ ਇੰਜੀਨੀਅਰਿੰਗ ਦਾ ਕੋਰਸ ਆ, ਇੱਕ ਵੀ ਕਾਲਜ ਪੰਜਾਬ ਦੇ ਵਿੱਚ ਉਹਦਾ ਨਹੀਂ ਹੈਗਾ, ਸਰਕਾਰੀਆਂ 'ਚ ਨਹੀਂ ਹੈਗਾ, ਇੱਕ ਵੀ ਪ੍ਰਾਈਵੇਟ ਹੋ ਰਿਹਾ ਬਾਈ, ਸਾਰੇ ਹੋ ਚੁੱਕੇ ਨੇ, 64 ਕਾਲਜ ਸਿਰਫ ਸਰਕਾਰ ਦੇ ਰਹਿ ਗਏ ਨੇ, ਸਿਰਫ 64, ਉਹ ਵੀ ਸਰਕਾਰ ਨਹੀਂ ਚਲਾ ਪਾ ਰਹੀ, ਉਹ 8 'ਚ ਉਹਨਾਂ ਦੇ ਵਿੱਚੋਂ ਕਹਿ ਰਹੇ ਆ ਆਟੋਨੋਮਸ ਕਰ ਦਿਓ, ਉਹ ਵੀ ਨਹੀਂ ਸਰਕਾਰ ਚਲਾ ਪਾ ਰਹੀ। ਕਿਹੜੇ ਕਿਹੜੇ ਨੇ ਜਿਹੜੇ ਆਟੋਨੋਮਸ ਦੇ ਵਿੱਚ? ਇਹ ਮੇਰੇ ਕੋਲ ਸਾਰਾ ਇਹਨਾਂ ਦਾ ਡਾਟਾ ਆ, ਇੱਕ ਮੋਹਾਲੀ ਦਾ 6 ਫੇਸ ਦਾ ਕਾਲਜ ਆ, ਰੋਜ਼ ਮੰਤਰੀ ਜਾਂਦੇ ਨੇ ਇੱਥੇ, ਰੋਜ਼ ਜਾ ਕੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ। ਹੁਣ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਵਾਂ ਕਿ ਸਾਡੇ ਮਾਨਯੋਗ ਹਰਜੋਤ ਬੈਂਸ ਜੀ ਇੱਥੇ 15 ਅਗਸਤ ਨੂੰ ਝੰਡਾ ਚੜਾਉਣਗੇ। ਅੱਛਾ, ਆਹ ਦੇਖੋ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਤੁਹਾਡੇ ਦਰਸ਼ਕਾਂ ਨੂੰ ਵੀ ਦਿਖਾਉਣਾ ਚਾਹੁੰਦਾ। ਅੱਛਾ, ਇਹ ਨੋਟੀਫਿਕੇਸ਼ਨ ਹੈ? ਇਹ ਨੋਟੀਫਿਕੇਸ਼ਨ ਹੈ, ਪਹਿਲਾਂ ਇਹ ਗਵਰਨਮੈਂਟ ਕਾਲਜ ਗਰਲਸ ਆ ਲੁਧਿਆਣੇ ਦੇ ਵਿੱਚ, ਠੀਕ ਹੈ ਜੀ, ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ। ਪਟਿਆਲਾ ਦੇ ਵਿੱਚ ਕੱਲ੍ਹ ਅਸੀਂ ਗਏ ਸੀ ਬਾਈ, ਮਹਿੰਦਰਾ ਕਾਲਜ, ਉਹਦੀ ਬਿਲਡਿੰਗ ਇਤਿਹਾਸ ਆ, ਤੁਸੀਂ ਉਹਨੂੰ ਪ੍ਰਾਈਵੇਟਾਈਜੇਸ਼ਨ ਕਿੱਦਾਂ ਕਰੋਗੇ ਬਾਈ? ਦੂਜਾ ਕਾਲਜ ਪਟਿਆਲੇ ਦੇ ਵਿੱਚ ਹੀ ਗਰਲਸ ਕਾਲਜ ਆ, ਫਿਰ ਮੋਹਾਲੀ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਿਆ 6 ਫੇਸ ਦਾ ਕਾਲਜ ਆ, ਉਹਦੇ ਵਿੱਚ ਵੀ ਅਸੀਂ ਜਾ ਕੇ ਮੈਮੋਰੈਂਡਮ ਦੇ ਕੇ ਆਏ, ਬੱਚਿਆਂ ਦੇ ਵਿੱਚ ਰੋਸ ਸੀਗਾ, ਬੱਚੇ ਕਹਿੰਦੇ 10,000 ਰੁਪਏ ਤਾਂ ਅਸੀਂ ਆਪ ਲਿਆਉਂਦੇ ਹਾਂ ਆਪਣੇ ਘਰਦਿਆਂ ਤੋਂ, ਲੜ ਝਗੜ ਕੇ ਸਾਨੂੰ ਪੜ੍ਹ ਲੈਣ ਦਿਓ, ਸਾਡੇ ਘਰਦੇ ਤਾਂ ਕਹਿੰਦੇ ਤੁਸੀਂ ਛੱਡੋ ਪੜ੍ਹਾਈ ਲਿਖਾਈ ਕਰਕੇ, ਤੁਸੀਂ ਮੋਟਰਸਾਈਕਲ ਦੀ ਦੁਕਾਨ 'ਤੇ ਲੱਗੋ। ਬੱਚੇ ਦੇ ਦਿਮਾਗ 'ਤੇ ਟੈਨਸ਼ਨ ਹੋ ਜਾਂਦੀ ਹੈ ਬਾਈ, ਫਿਰ ਬੀਅਰ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਜਾਂਦਾ, ਉਹ ਨਸ਼ੇ ਹੀ ਕਰਦਾ ਜਦ ਬੰਦਾ ਵਿਹਲਾ ਹੋਵੇ। ਇੱਕ ਕਾਲਜ ਮਲੇਰਕੋਟਲੇ ਦਾ ਆ ਗਵਰਨਮੈਂਟ ਕਾਲਜ, ਇੱਕ ਕਾਲਜ ਹੁਸ਼ਿਆਰਪੁਰ ਦਾ, ਇੱਕ ਐਸ ਆਰ ਗਵਰਨਮੈਂਟ ਕਾਲਜ ਵੂਮੈਨ ਅੰਮ੍ਰਿਤਸਰ ਦਾ। ਇਹ ਹੁਣ ਇਹਦੇ ਵਿੱਚ ਲਿਖਿਆ 31/8/2024 ਨੂੰ 10 ਵਜੇ ਤੋਂ ਪਹਿਲਾਂ ਨਿੱਜੀ ਤੌਰ 'ਤੇ। ਅੱਛਾ, ਕਿ ਇਹ ਨਿੱਜੀ ਤੌਰ ਕਿਉਂ ਲਿਖਣਾ? ਨਿੱਜੀ ਤੌਰ ਤਾਂ ਲਿਖਿਆ ਬਾਈ, ਇਹ ਵੀ ਅਸੀਂ ਚੁੱਪ ਚੁੱਪ ਇੱਥੇ ਕਢਾ ਲਿਆ। ਓਕੇ, ਇਹਨਾਂ ਨੂੰ ਇਹ ਸੀਗਾ ਕਿ ਚੁੱਪ ਚੁੱਪ ਇੱਥੇ ਅਸੀਂ ਇਹਨੂੰ ਨਿੱਜੀਕਰਨ ਕਰ ਦਈਏ, ਇਹਦਾ ਨਿੱਜੀ ਤੌਰ 'ਤੇ ਚੁੱਪ ਚਾਪ ਲਿਆ ਕੇ, ਅਤੇ ਮੁੜ ਕੇ ਕਿਸੇ ਨੂੰ ਪਤਾ ਨਾ ਲੱਗੂਗਾ। ਇਹ ਨੋਟੀਫਿਕੇਸ਼ਨ ਕਿੱਥੋਂ ਜਾਰੀ ਹੋਇਆ? ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਤੋਂ ਜਾਰੀ ਹੋਏ ਬਾਈ। ਓਕੇ, ਪੰਜਾਬ ਸਰਕਾਰ UGC ਕੋਲ ਡਾਇਰੈਕਟਰ ਦੇ ਸਾਈਨ ਨੇ ਡਾਇਰੈਕਟਰ। ਆਹ ਦੇਖੋ ਬਾਈ, ਆਹ ਥੱਲੇ ਹੁਣ ਤੁਹਾਨੂੰ ਮੈਂ ਦਿਖਾਵਾਂ, ਆਹ ਦੇਖੋ ਆਹ ਸਾਈਨ ਨੇ, ਆਹ ਜਿਹੜੀ ਚਿੱਠੀ ਹੈ ਉੱਤੇ, ਚਿੱਠੀ ਮੇਰੀ ਤਾਂ ਨਹੀਂ ਹੈ, ਸਰਕਾਰੀ ਚਿੱਠੀ ਹੈ, ਸਰਕਾਰੀ ਚਿੱਠੀ। ਤੁਸੀਂ ਇਹ ਦੇਖੋ ਨਾ, ਹੁਣ ਇਹਦੇ ਵਿੱਚ ਜਦੋਂ ਇਹ ਸਾਰਾ ਕੁਝ ਹੋਊਗਾ, ਆਹ 4-8-64 ਦੇ ਵਿੱਚੋਂ 8 ਇਹ ਬੱਚੇ ਜਾਣਗੇ ਕਿੱਥੇ ਲਿਖੀ ਰਹੀ। ਅੱਛਾ, ਇਹ ਵੀ ਹੋ ਸਕਦਾ ਨਿੱਜੀ ਤੌਰ 'ਤੇ ਲਿਖਿਆ ਹੋਇਆ ਇਸ ਤੋਂ ਪਹਿਲਾਂ, ਫਿਰ ਨਿੱਜੀ ਤੌਰ 'ਤੇ ਸਾਰੇ ਜਿਹੜਾ ਕੋਈ ਮੰਤਰੀ ਹੈਗੇ ਆ, ਹਰਜੋਤ ਬੈਂਸ ਜੀ ਦੀ ਗੱਲ ਆ ਜੇ, ਭਗਵੰਤ ਮਾਨ ਸਾਹਿਬ
ਜਾਂ ਫਿਰ ਨਿੱਜੀ ਤੌਰ 'ਤੇ ਉਹ ਸਕੂਲਾਂ ਦੇ ਵਿੱਚ ਜਾ ਕੇ ਮੁਲਾਕਾਤ ਕਰਕੇ ਆਏ ਹੋਣਗੇ ਵੀ ਆਪਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ, ਜਾਂ ਫਿਰ ਉਹ ਕਿਸੇ ਪੀੜਾਂ 'ਚ ਲੰਘ ਰਹੇ ਹੋਣਗੇ ਸਕੂਲ। ਨਹੀਂ ਜਗਸੀਰ ਭਾਈ, ਇਹਦੇ ਵਿੱਚ ਇੱਦਾਂ ਆ ਕਿ ਮਤਲਬ ਸਰਕਾਰ ਦਾ ਫ੍ਰੀ ਦੇ ਕੇ ਨਾ, ਬਿਜਲੀ ਫ੍ਰੀ ਦੇਤੀ, ਬੱਸਾਂ ਦਾ ਕਿਰਾਇਆ ਫ੍ਰੀ ਦੇਤਾ, ਰਾਸ਼ਨ ਫ੍ਰੀ ਦੇਤਾ, ਪੰਜਾਬ ਨੂੰ ਫ੍ਰੀ ਚੀਜ਼ਾਂ ਨਹੀਂ ਚਾਹੀਦੀਆਂ ਸੀਗੀਆਂ। ਪੰਜਾਬ ਨੂੰ ਜੇ ਫ੍ਰੀ ਚਾਹੀਦਾ ਸੀ ਐਜੂਕੇਸ਼ਨ ਫ੍ਰੀ ਚਾਹੀਦੀ ਸੀਗੀ, ਪੰਜਾਬ ਨੂੰ ਜੇ ਫ੍ਰੀ ਚਾਹੀਦਾ ਸੀ ਹੈਲਥ ਫ੍ਰੀ ਚਾਹੀਦੀ ਸੀਗੀ। ਜੇ ਤੁਸੀਂ ਐਜੂਕੇਸ਼ਨ ਫ੍ਰੀ ਕਰ ਦੋਗੇ ਫਿਰ ਹੀ ਤੁਸੀਂ ਰੈਵੋਲਿਊਸ਼ਨ ਬਣਾ ਸਕਦੇ ਹੋ। UPSC, IPS, IAS ਉੱਥੋਂ ਹੀ ਨਿਕਲਣਗੇ ਜੇ ਤੁਸੀਂ 12ਵੀਂ ਪੜ੍ਹੇ ਹੋਣਗੇ, BA ਕਰੇ ਹੋਣਗੇ। ਪਰ ਇਹਨਾਂ ਨੇ ਕੀ ਕੀਤਾ, ਤੁਹਾਡੀ ਗੱਲ ਇੱਕਦਮ ਸਹੀ ਹੈ, ਖੁਦ ਨਹੀਂ ਗਏ ਇਹ ਸੈਂਟਰ ਕੋਲ ਜਾ ਰਹੇ, UGC ਕੋਲ, ਸਟੇਟ ਪੰਜਾਬ ਸਰਕਾਰ UGC ਕੋਲ ਜਾਏ ਕਿ ਭਾਈ ਸਾਹਿਬ ਸਾਡੇ ਤੋਂ ਇਹ ਕਾਲਜ ਚੱਲਦੇ ਨਹੀਂ, ਹੁਣ ਸਾਡਾ ਜਿਹੜਾ ਖਾਲੀ ਹੋ ਚੁੱਕਿਆ ਪੀਪਾ ਬਣ ਚੁੱਕਿਆ, ਜਿਹੜਾ ਸਾਡਾ ਬਜਟ ਆ, ਜਿਹੜਾ ਸਾਡਾ ਖਜ਼ਾਨਾ ਆ, ਖਜ਼ਾਨਾ ਪੀਪਾ ਬਣ ਚੁੱਕਿਆ, ਹੁਣ ਇਹਦੇ ਵਿੱਚ ਕੁਛ ਰਹਿ ਨਹੀਂ ਗਿਆ। ਹੁਣ ਫਿਰ UGC ਨੇ ਕਿਹਾ ਕਿ ਠੀਕ ਹੈ ਜੇ ਇਹਦੇ ਵਿੱਚ ਨਹੀਂ ਰਿਹਾ ਤੁਸੀਂ ਇਹਨੂੰ ਆਟੋਨੋਮਸ ਕਰ ਦਿਓ। ਇਹਨਾਂ ਨੇ ਹੀ ਕਿਹਾ ਕਿ ਇਹ ਸੈਂਟਰ ਦੀ ਸਲਾਹ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਸ ਤਰੀਕੇ ਨਾਲ ਆਟੋਨੋਮਸ ਕਰ ਦਿਓ। ਜਦੋਂ ਤੁਹਾਡੇ ਕੋਲ ਹੁਣ ਪੈਸੇ ਨਾ, ਮੈਂ ਤੁਹਾਡੇ ਕੋਲ ਆਵਾਂ, ਨਾ ਸੈਂਟਰ ਨੇ ਫੰਡ ਦੇਣਾ ਤੇ ਨਾ ਇਹਨਾਂ ਕੋਲ ਪੈਸਾ ਇਕੱਠਾ ਹੋਣਾ। ਜਗਸੀਰ ਭਾਈ ਤੁਸੀਂ ਫੰਡ ਤੁਹਾਡੇ ਕੋਲ ਹੈਗਾ ਆ, ਹੁਣ ਮੈਂ ਕਹੀ ਜਾਵਾਂ ਅਸੀਂ ਲਾ ਨਹੀਂ ਰਹੇ। ਨਹੀਂ ਤੁਸੀਂ ਭਾਈ ਪੰਜਾਬ ਸਰਕਾਰ ਹੋ, ਤੁਸੀਂ ਫ੍ਰੀ ਦੀ ਬਿਜਲੀ ਵੀ ਤਾਂ ਦੇ ਰਹੇ ਹੋ ਨਾ, ਤੁਸੀਂ ਫ੍ਰੀ ਦੀ ਬੱਸਾਂ ਵੀ ਦੇ ਰਹੇ ਹੋ ਨਾ। ਤੁਸੀਂ ਸੈਂਟਰ ਕੋਲ ਜਾ ਕੇ ਜੇ ਰਹੋਗੇ ਕਿ ਸਾਡੇ ਕੋਲ ਸਰਕਾਰ ਕੋਲ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ, ਇਹ ਫਿਰ ਸਿੱਧੂ ਸਾਹਿਬ ਪਹਿਲਾਂ ਵੀ ਸੀਗਾ, ਕਾਂਗਰਸ ਵੇਲੇ ਵੀ ਸੀਗਾ, ਅਕਾਲੀ ਵੇਲੇ ਵੀ ਸੀਗਾ, ਬਿਜਲੀ ਵੀ ਫ੍ਰੀ ਸੀਗੀ ਕੁਛ ਹੱਦ ਤੱਕ, 200 ਯੂਨਿਟ ਤਾਂ ਚੰਨੀ ਨੇ ਵੀ ਫ੍ਰੀ ਦਿੱਤੀ ਹੈ, ਤਾਂ ਰਾਸ਼ਨ ਵੀ ਚੱਲਦਾ ਆਇਆ, ਬੱਸਾਂ ਦਾ ਕਿਰਾਇਆ ਕੈਪਟਨ ਤੋਂ ਚੰਨੀ ਤੱਕ ਚੱਲਿਆ ਸਾਰਾ। ਇਹ ਚੀਜ਼ਾਂ ਤਾਂ ਪਹਿਲਾਂ ਵੀ ਸੀਗੀਆਂ, ਫਿਰ ਇਹ ਬੋਝ ਕਿਵੇਂ ਬਣ ਗਿਆ ਸਰਕਾਰ ਤੇ? ਕਿਸੇ ਨੇ ਇੰਨੀ ਨੀਚਪੁਣਾ ਨਹੀਂ ਕਰਿਆ ਕਿ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ੇਸ਼ਨ ਕਰਤਾ। ਇਹ ਨੀਚਪੁਣਾ ਕੌਣ ਕਰ ਰਿਹਾ? ਇਹ ਆਮ ਪਾਰਟੀ ਦੀ ਸਰਕਾਰ, ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਨੀਚਪੁਣਾ, ਹੋਰ ਕੌਣ ਕਰ ਰਿਹਾ? ਹਰਜੋਤ ਬੈਂਸ ਜਦੋਂ ਕੱਲ੍ਹ ਝੰਡਾ ਲਹਿਰਾਊਗਾ 6 ਫੇਸ ਕਾਲਜ ਦੇ ਵਿੱਚ, ਉਹ ਬੱਚਿਆਂ ਦੀ ਅੱਖ ਦੇ ਵਿੱਚ ਅਥਰੂ ਨੇ ਕਿ ਯਾਰ ਜਿਹੜੀ ਸਾਡੀ BA 10,000 ਰੁਪਏ ਦੀ ਹੁੰਦੀ ਸੀ ਉਹੀ BA 35-36,000 ਰੁਪਏ ਦੀ ਹੋਊਗੀ, BCOM 50-50,000 ਦੇ ਵੱਧ ਜਾਣੇ ਨੇ, ਤੇ ਉਹ ਕਿੱਥੇ ਪੜ੍ਹਨਗੇ ਬਾਈ, ਕਿੱਥੋਂ ਪੈਸੇ ਦੇਣਗੇ? ਮਤਲਬ ਤੁਸੀਂ ਐਜੂਕੇਸ਼ਨ ਹੀ ਨਹੀਂ ਦੇ ਪਾ ਰਹੇ ਪੰਜਾਬ ਦੇ ਬੱਚੇ ਨੂੰ, ਤੁਸੀਂ ਪੰਜਾਬ ਨੂੰ ਬਣਾਉਣਾ ਕੀ ਚਾਹੁੰਦੇ ਹੋ? ਗੈਂਗਲੈਂਡ ਬਣਾਉਣਾ ਚਾਹੁੰਦੇ ਹੋ ਤੁਸੀਂ? ਇੱਕ ਮੈਨੂੰ ਸਰਕਾਰੀ ਕਾਲਜ ਦੱਸੋ ਇਹਨਾਂ ਨੇ 2.5 ਸਾਲਾਂ ਦੇ ਵਿੱਚ ਖੋਲਿਆ ਹੋਵੇ, ਮੈਂ ਤੁਹਾਨੂੰ 10,000 ਗੈਂਗਸਟਰ ਦੱਸ ਦਿੰਦਾ ਜਿਹੜੇ ਇਹਨਾਂ ਨੇ ਬਣਾਏ ਨੇ। ਇੱਕ ਮੈਨੂੰ ਅਫਸਰ ਦੱਸੋ ਜਿਹੜਾ ਇਹਨਾਂ ਨੇ ਬਣਾਇਆ ਹੋਵੇ, 10,000 ਮੈਂ ਗੈਂਗਸਟਰ ਫਰੌਤੀਆਂ ਵਾਲੇ ਦੱਸ ਦਿੰਦਾ ਜਿਹਨਾਂ ਨੇ ਇਹਨਾਂ ਨੇ ਬਣਾਏ ਨੇ ਸਰਕਾਰ ਨੇ। ਤਾਂ ਜਦੋਂ ਅਸੀਂ ਕੱਲ੍ਹ ਮਹਿੰਦਰਾ ਕਾਲਜ ਵੀ ਗਏ ਨਾ, ਸਾਡੇ ਨਾਲ ਟੀਚਰਾਂ ਵੀ ਨੇ, ਪ੍ਰੋਫੈਸਰ ਨੇ ਸਾਡੇ ਨਾਲ, ਉੱਤੇ ਆ ਨਹੀਂ ਸਕਦੇ ਸਰੇਆਮ, ਕਿਉਂਕਿ ਉਹਨਾਂ ਨੂੰ ਪਤਾ ਹੈ ਜਦੋਂ ਇਹ ਹੋ ਜਾਊਗਾ ਸਾਡੀ ਵੀ ਬਿਲਕੁਲ ਜਿਹੜੀ ਤਨਖਾਹਾਂ ਨੇ ਜ਼ੀਰੋ ਹੋ ਜਾਣਗੀਆਂ, ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਟੀਚਰਾਂ ਨੂੰ ਕਹਿਣਾ ਤੁਸੀਂ ਇੱਥੋਂ ਚਲੋ, ਹੁਣ ਸਰਕਾਰੀ ਟੀਚਰਾਂ ਨੂੰ ਕਹਿਣਾ ਤੁਸੀਂ ਪਾਸੇ ਹਟ ਜਾਓ, ਅਸੀਂ ਡੇਲੀ ਵੇਜਿਸ ਦੇ ਟੀਚਰ ਲੈ ਕੇ ਆਵਾਂਗੇ। ਡੇਲੀ ਵੇਜਿਸ ਦੇ ਟੀਚਰ, ਹੁਣ ਤੁਸੀਂ, ਤੁਹਾਨੂੰ ਪਤਾ ਕਿ ਜਿਹੜੀ ਦਿਹਾੜੀਦਾਰ ਹੁੰਦੀ ਹੈ, ਇੱਕ ਤਾਂ ਠੇਕੇਦਾਰ ਹੁੰਦਾ, ਫ੍ਰੀਲਾਂਸਿੰਗ ਕੰਮ ਹੋ ਜਾਏਗਾ। ਐਗਜੈਕਟਲੀ, ਹੁਣ ਫ੍ਰੀਲਾਂਸਿੰਗ ਕੰਮ ਕੋਈ ਜ਼ਿੰਮੇਵਾਰੀ ਦਾ ਤਾਂ ਨਹੀਂ ਹੋਇਆ, ਫ੍ਰੀਲਾਂਸਿੰਗ ਕੰਮ ਕਿਹੜਾ ਕੌਣ ਕਰਦਾ? ਜਿਹੜਾ ਕਹਿੰਦਾ ਚਲੋ ਚੱਲ ਅੱਜ ਯਾਰ ਕੰਮ ਨਿਪਟਾ 5 ਵਜੇ ਤੱਕ ਤੇ ਫਿਰ ਕੱਲ ਨੂੰ ਆਊਗਾ ਬੱਚੇ, ਬਈ ਫਿਊਚਰ ਆ ਸਾਡੇ ਪੰਜਾਬ ਦਾ, ਤੁਸੀਂ ਪੰਜਾਬ ਦੇ ਫਿਊਚਰ ਨੂੰ ਧੱਕਾ ਮਾਰ ਰਹੇ ਹੋ। ਹੁਣ ਵੀ ਐਜੂਕੇਸ਼ਨ ਦੇ ਅਜੋ ਰਿਜ਼ਲਟ ਜੇ ਆਏ ਨੇ, ਪੰਜਾਬ 7ਵੇਂ 8ਵੇਂ ਨੰਬਰ ਤੇ ਆਇਆ, ਬਹੁਤ ਪਿੱਛੇ ਜਾ ਰਿਹਾ ਪੰਜਾਬ ਤਾਂ। ਦਕਸ਼ੀਰ ਭਾਈ ਪੰਜਾਬ ਦਾ ਰਹਿਣਾ ਹੀ ਨਹੀਂ ਐਜੂਕੇਸ਼ਨ ਦੇ ਵਿੱਚ, ਪੰਜਾਬ ਐਜੂਕੇਸ਼ਨ ਦੇ ਵਿੱਚ ਰਹਿਣਾ ਹੀ ਨਹੀਂ। ਜਿੱਦਾਂ LPU ਵਾਲਿਆਂ ਨੂੰ ਇਹਨੇ ਉਹ ਬਣਾਇਆ ਹੋਇਆ ਨਾ, ਰਾਜ ਸਭਾ ਦਾ ਮੈਂਬਰ ਹੈ ਨਾ, CU ਵਾਲਿਆਂ ਨੂੰ ਉਹਨੇ ਬਣਾਤਾ ਆਪਣਾ ਮੋਦੀ ਸਾਹਿਬ ਨੇ, ਫਿਰ ਮਤਲਬ ਤੁਸੀਂ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਪ੍ਰਾਈਵੇਟਾਈਜੇਸ਼ਨ ਤੁਸੀਂ ਪ੍ਰਮੋਟ ਕਰ ਰਹੇ ਹੋ। ਛੋਟਾ ਜਿਹਾ ਮੈਂ ਤੁਹਾਨੂੰ ਇਗਜ਼ਾਮਪਲ ਇਹਦੇ ਵਿੱਚ ਸਭ ਤੋਂ ਵੱਡਾ ਇਗਜ਼ਾਮਪਲ ਜਿਹੜਾ ਅੱਜ ਦੇ ਸਮੇਂ ਸਾਡੀ ਅੱਖਾਂ ਦੇ ਮੂਹਰੇ ਖੜਿਆ, ਉਹ ਕਿਸਾਨ ਅੰਦੋਲਨ ਆ। ਜਦੋਂ ਅਸੀਂ ਸਾਡੀ ਸਰਕਾਰੀ ਮੰਡੀਆਂ ਹੀ ਪ੍ਰਾਈਵੇਟਾਈਜੇਸ਼ਨ ਨਹੀਂ ਹੋਣ ਦਿੱਤੀਆਂ, ਤਾਂ ਬਾਈ ਅਸੀਂ ਆਪਣੇ ਕਾਲਜ ਕਿੱਦਾਂ ਪ੍ਰਾਈਵੇਟਾਈਜੇਸ਼ਨ? ਇਹੀ ਇਹਦਾ ਹੱਲ ਕੀ ਹੈ? ਉੱਥੇ ਧਰਨਾ ਲੱਗਿਆ, ਸਾਰੇ ਲੋਕ ਇਕੱਠੇ ਹੋਏ ਵੀ ਇਹ ਸਾਡੇ ਘਰਾਂ ਦੀ, ਸਾਡੇ ਅੰਨ ਦੀ, ਸਾਰਿਆਂ ਦੀ ਗੱਲ ਹੈ ਕਿ ਅਸੀਂ ਇਹ ਪ੍ਰਾਈਵੇਟ ਕਰਨ ਨਹੀਂ ਹੋਣ ਦੇਣਾ।
ਫਿਰ ਹੱਲ ਕੀ ਇਹਦਾ ਕਿ ਧਰਨੇ ਲਾਉਣੇ ਪੈਣੇ ਆ ਪੰਜਾਬ ਸਰਕਾਰ ਅੱਗੇ ਜਾਂ ਫਿਰ ਸੈਂਟਰ ਸਰਕਾਰ ਅੱਗੇ, ਇਹਦਾ ਹੱਲ ਹੋਏਗਾ ਭਾਈ? ਇਹਦੇ ਵਿੱਚ ਸੈਂਟਰ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਹੈ। ਸੈਂਟਰ ਸਰਕਾਰ ਨੇ ਤਾਂ ਨਹੀਂ ਕਿਹਾ ਤੁਸੀਂ ਬਿਜਲੀ ਫ੍ਰੀ ਦਿਓ, ਸੈਂਟਰ ਸਰਕਾਰ ਨੇ ਤਾਂ ਨਹੀਂ ਕਿਹਾ ਤੁਸੀਂ ਬੱਸਾਂ ਦਾ ਆਪਣਾ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਫ੍ਰੀ ਦਾ ਖਰਚਾ ਕੱਢੋ। ਸਾਡੀਆਂ ਮਾਵਾਂ ਦਾ ਰਾਜ ਹੀ ਨਹੀਂ ਬੱਸਾਂ 'ਤੇ ਚੜ੍ਹ ਕੇ ਫ੍ਰੀ ਵਾਲੀਆਂ 'ਚ। ਸਾਡੇ ਪਿੰਡਾਂ ਦੇ ਵਿੱਚ ਬਿਜਲੀ ਆਉਂਦੀ ਨਹੀਂ, ਜਿਹੜੀ 2 ਘੰਟੇ ਆਉਂਦੀ ਉਹ ਵੀ ਫ੍ਰੀ ਕਰ ਦਿੰਦੇ ਨੇ। ਸਾਡਾ ਪੰਜਾਬ ਕਿਰਤੀਆਂ ਦਾ ਪੰਜਾਬ। ਅਲਟਰਨੇਟਿਵ ਕੀ ਹੈ? ਅਲਟਰਨੇਟਿਵ ਬਾਈ ਕੀ ਹੋ ਸਕਦਾ? ਧਰਨਾ ਹੀ ਹੈ, ਹੋਰ ਕੀ ਅਲਟਰਨੇਟਿਵ ਹੈ ਇਹਦੇ ਵਿੱਚ? ਤੁਸੀਂ ਜਿਵੇਂ ਮੰਗ ਪੱਤਰ ਦੇ ਰਹੇ ਹੋ ਜਾ ਜਾ ਕੇ ਕਾਲਜ ਦੇ ਵਿੱਚ, ਉੱਥੇ ਬੱਚੇ ਤਾਂ ਆਪਣਾ ਦੁੱਖ ਦੱਸ ਰਹੇ ਨੇ, ਪ੍ਰੋਫੈਸਰ ਆਪਣੇ ਦੁੱਖ ਦੱਸ ਰਹੇ ਨੇ, ਉਹਦੇ ਨਾਲ ਕੋਈ ਹੱਲ ਨਿਕਲ ਜਾਏਗਾ ਮੰਗ ਪੱਤਰ ਨਾਲ ਜਾਂ ਫਿਰ ਉਸ ਤੋਂ ਵੀ ਉੱਪਰ ਦੇ ਕਦਮ ਚੁੱਕਣੇ? ਜਗਸੀਰ ਭਾਈ ਸਾਨੂੰ ਸਾਰੇ ਇੱਦਾਂ ਕਹਿੰਦੇ ਤੁਸੀਂ ਅਗਰੈਸਿਵ ਚੱਲਦੇ ਹੋ, ਸਾਨੂੰ ਹਰੇਕ ਬੰਦਾ ਇੱਦਾਂ ਹੀ ਕਹਿੰਦਾ। ਤੁਹਾਡੀ ਪਾਰਟੀ ਵੀ ਨਹੀਂ ਸਪੋਰਟ ਕਰਦੀ ਤੁਹਾਨੂੰ? ਨਹੀਂ, ਸਾਨੂੰ ਪਾਰਟੀ ਸਪੋਰਟ ਕਰਦੀ ਹੈ, ਸਾਨੂੰ ਪਾਰਟੀ ਵੀ, ਪਰ ਕਦੇ ਨਾ ਕਿਤੇ ਇਹ ਕਹਿੰਦੀ ਹੈ ਯਾਰ ਤੁਸੀਂ ਅਗਰੈਸਿਵ ਚੱਲਦੇ ਹੋ। ਅਗਰੈਸਿਵ ਦਾ ਮਤਲਬ ਬਹੁਤ ਜ਼ਿਆਦਾ, ਤੁਸੀਂ ਤੱਤੇ ਚੱਲਦੇ ਹੋ, ਤੁਸੀਂ ਹਰ ਚੀਜ਼ 'ਤੇ ਲੜਦੇ ਹੋ ਸਾਰਿਆਂ ਨਾਲ। ਅਸੀਂ ਕਹਿੰਦੇ ਹਾਂ ਆਪਣੇ ਹੱਕਾਂ ਵਾਸਤੇ ਲੜਦੇ ਹਾਂ ਹੁਣ, ਪਰ ਅਸੀਂ ਉਹਨਾਂ ਦੀ ਗੱਲ ਮੰਨ ਲਈ। ਅਸੀਂ ਕਿਹਾ ਠੀਕ ਹੈ, ਸ਼ਾਇਦ ਮੰਗ ਪੱਤਰ ਦੇ ਕੇ ਗੁਲਾਬ ਦਾ ਫੁੱਲ ਦੇ ਕੇ ਕਿ ਮਾਨ ਸਾਹਿਬ ਯੋਗ ਸਾਹਿਬ ਆਹ ਤੁਹਾਡੇ ਗੁਲਾਬ ਜਾਮਣ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਤੁਹਾਨੂੰ ਬਰਫੀ ਖਿਲਾਉਂਦੇ ਹਾਂ, ਤੁਸੀਂ ਇਹ ਨਿੱਜੀਕਰਨ ਨਾ ਕਰੋ। ਅਸੀਂ 10 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਜਿਹਦੇ ਵਿੱਚੋਂ ਅਸੀਂ 3 ਦਿਨ ਟੱਪ ਚੁੱਕੇ ਨੇ, ਹਜੇ ਤੱਕ ਸਰਕਾਰ ਵੱਲੋਂ ਕੁਛ ਨਹੀਂ ਆਇਆ। ਸ਼ਾਇਦ ਤੁਹਾਡੇ ਚੈਨਲ ਰਾਹੀਂ ਇਹਨਾਂ ਦੇ ਤੱਕ ਗੱਲ ਪਹੁੰਚ ਜਾਵੇ, ਫਿਰ ਆ ਜਾਵੇ, ਨਹੀਂ ਤਾਂ ਉਸ ਤੋਂ ਬਾਅਦ ਅਸੀਂ ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਹਾਂ, ਪੂਰੇ ਪੰਜਾਬ ਦੀ ਜਿੰਨੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਮੂਹਰੇ ਹੱਥ ਜੋੜ ਕੇ ਬੇਨਤੀ ਅਰਦਾਸ ਕਰਦਾ ਤੁਹਾਡੇ ਚੈਨਲ ਮੂਹਰੇ ਮੈਂ, ਸ਼ਾਇਦ ਉਹਨਾਂ ਤੱਕ ਵੀ ਵੀਡੀਓ ਪਹੁੰਚਾਇਓ ਕਿ ਸਾਡਾ ਭਵਿੱਖ ਖਤਰੇ ਦੇ ਵਿੱਚ ਆ, ਸਾਡੇ ਤੋਂ BA ਵੀ ਨਹੀਂ ਹੋ ਪਾਣੀ, ਸਾਡੀ ਜ਼ਮੀਨਾਂ ਪਹਿਲਾਂ ਹੀ ਲੈ ਚੁੱਕੇ ਨੇ ਬਾਹਰਲੇ, ਇਹ ਆ ਕਿ ਕੋਈ ਦਿੱਲੀ ਤੋਂ ਆ ਰਿਹਾ, ਕੋਈ ਗੁੜਗਾਓਂ ਤੋਂ ਆ ਰਿਹਾ, ਸਾਡੀ ਜ਼ਮੀਨਾਂ ਅਕਵਾਇਰ ਕਰ ਚੁੱਕੇ ਨੇ। ਜਦੋਂ ਸਾਡੇ ਕੋਲ ਹੈ ਸਾਡੀ ਐਜੂਕੇਸ਼ਨ ਵੀ ਨਹੀਂ ਰਹੂਗੀ, ਪੰਜਾਬ ਦਾ ਹਾਲ UP ਬਿਹਾਰ ਤੋਂ ਵੀ ਥੱਲੇ ਚੱਲ ਜਾਊਗਾ। ਤੁਸੀਂ ਪੰਜਾਬ ਦੇ ਬੱਚੇ ਅੱਜ ਜਿਹੜੀ ਆਪਣੀ ਗੱਲ ਚੱਕ ਸਕ ਰਹੇ ਨੇ ਨਾ, ਉਹ ਮੁੜ ਕੇ ਪੰਜਾਬ ਦੇ ਬੱਚੇ ਆਪਣੀ ਗੱਲ ਨਹੀਂ ਚੱਕ ਸਕਦੇ। ਇਹਦੇ ਵਿੱਚ ਸਾਡਾ ਪ੍ਰੋਫੈਸ਼ਨ ਕਿਹੜਾ ਕਿਹੜਾ ਮਰੂਗਾ? ਟੀਚਰ ਮਰ ਜਾਣਗੇ, ਸਾਡੇ ਸਟੂਡੈਂਟ ਮਰ ਜਾਣਗੇ। ਸਟੂਡੈਂਟ ਅਤੇ ਟੀਚਰ ਦੋ ਇਹੋ ਜਿਹੇ ਪ੍ਰੋਫੈਸ਼ਨ ਨੇ ਬਾਈ ਜਿਹੜੇ ਨੀਂਹ ਰੱਖਦੇ ਨੇ ਕਿਸੇ ਵੀ ਸੂਬੇ ਦੀ। ਜਦੋਂ ਨੀਂਹ ਹਿਲ ਗਈ ਬਾਈ, ਫਿਰ ਇਹ ਕਲੈਪਸ ਹੋਣਾ ਬਹੁਤ ਬੁਰੀ ਤਰ੍ਹਾਂ। ਮਾਨਯੋਗ ਸਾਹਿਬ ਮੁੱਖ ਮੰਤਰੀ ਸਾਹਿਬ ਪਤਾ ਨਹੀਂ 2 ਸਾਲ ਹੈਗੇ, 3 ਸਾਲ ਹੈਗੇ, ਪਤਾ ਨਹੀਂ ਉਸ ਤੋਂ ਬਾਅਦ ਹੈਗੇ ਕਿ ਨਹੀਂ ਹੈਗੇ, ਪਰ ਬੱਚਿਆਂ ਦਾ ਗੋਲਡਨ ਏਜ ਪੀਰੀਅਡ ਜਿਹੜਾ 18 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਹੁੰਦਾ, ਉਹ ਜੇ ਕਲੈਪਸ ਹੋ ਗਿਆ ਬਾਈ ਜਗਸੀਰ ਬਾਈ, ਉਹ ਉਮਰ ਮੁੜ ਕੇ ਨਹੀਂ ਆਉਂਦੀ। ਬਿਲਕੁਲ, ਇਹ ਜ਼ਰੂਰ ਹੈ ਕਿ ਮੁੱਦਾ ਸੰਜੀਦਾ ਹੈ, ਪਰ ਧਿਆਨ ਸਾਡੇ ਲੋਕ ਆਪ ਦੇਣ ਕਿ ਜੇ ਪ੍ਰਾਈਵੇਟ ਕਰਨ ਹੋ ਗਿਆ ਤਾਂ ਕੁਛ ਨਹੀਂ ਬਚਣਾ। ਜਿਸ ਤਰੀਕੇ ਨਾਲ ਅਸੀਂ ਹਸਪਤਾਲਾਂ ਦੇ ਵਿੱਚ ਜਾਂਦੇ ਹਾਂ, ਵੱਡੇ ਉੱਥੇ ਵੱਡੇ ਵੱਡੇ ਡਾਕਟਰ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਅਲਵਿਦਾ ਹੋ ਕੇ ਉੱਥੇ ਆਏ ਹੁੰਦੇ ਨੇ, ਉੱਥੇ ਆ ਕੇ ਕਹਿੰਦੇ ਅਸੀਂ 1 ਲੱਖ ਰੁਪਇਆ ਲੈ ਰਹੇ ਹਾਂ, 2 ਲੱਖ ਲੈ ਰਹੇ ਹਾਂ, ਪਰ ਇਹੀ ਹੋਣਾ ਜੇ ਉੱਥੋਂ ਪ੍ਰੋਫੈਸਰ ਚਲੇ ਗਏ, ਨਾ ਬੱਚਿਆਂ ਦੇ ਲਈ ਪੜ੍ਹਾਈ ਰਹਿਣੀ, ਕਿਉਂਕਿ ਉਹੀ ਹੋਣਾ ਜੋ ਪ੍ਰਾਈਵੇਟ ਤੌਰ 'ਤੇ ਲੋਕ ਚਾਹੁੰਦੇ ਨੇ। ਉੱਥੋਂ ਦੇ ਪ੍ਰੋਫੈਸਰ ਚਾਹਣਗੇ, ਉੱਥੇ ਫਿਰ ਹਿੰਦੀ ਬੋਲੀ ਜਾਏਗੀ, ਉੱਥੇ ਫਿਰ ਉਵੇਂ ਦਾ ਉਹਨਾਂ ਦਾ ਸਬਜੈਕਟ ਹੋਣਗੇ। ਕਈ ਕਾਲਜਾਂ ਦੇ ਵਿੱਚ ਇਹੀ ਹੈ ਕਿ ਜ਼ਿਆਦਾ ਤਾਂ ਇੰਗਲਿਸ਼ ਅਤੇ ਹਿੰਦੀ ਨੂੰ ਲੈ ਕੇ ਚੱਲਦੇ ਨੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੈ, ਸੁਧਾਰ ਹੁੰਦਾ ਜਾਂ ਨਹੀਂ, ਲੋਕ ਜਾਗਦੇ ਹੈ ਜਾਂ ਨਹੀਂ, ਪੰਜਾਬ ਸਰਕਾਰ ਇਸ ਵੱਲ ਧਿਆਨ ਦਿੰਦੀ ਹੈ ਜਾਂ ਨਹੀਂ, ਕਿਉਂਕਿ ਫਜ਼ੂਲ ਖਰਚੇ ਨੇ ਉਹ ਘਟਾਏ ਜਾਂਦੇ ਨੇ ਜਾਂ ਨਹੀਂ, ਇਹ ਦੇਖਣਾ ਆਏਗਾ।